ਅੱਜ ਨਾ ਸਵਾਲ ਜਿਹੜਾ ਉੱਠ ਰਿਹਾ ਜਿਹੜਾ ਲੰਗਰਾਂ ਦੇ ਉੱਤੇ ਜੀ, ਕਿ ਜਿਹੜਾ ਬੇਲੋੜਾ ਖਰਚਾ ਬਹੁਤ ਜ਼ਿਆਦਾ ਜੀ, ਤੇ ਪਰ ਉਹਨਾਂ ਜਿਹੜੀ ਉਹਨਾਂ ਦੀ ਭਾਵਨਾ ਜੀ ਉਹਦੀ ਸੰਗਤ ਜੀ ਕਦਰ ਆ, ਜਿਹੜੇ ਲੱਖਾਂ ਰੁਪਈਆ ਲੰਗਰਾਂ ਤੇ ਲਾ ਰਹੇ ਨਾ, ਭਾਵਨਾ ਨੀ ਮਾੜੀ ਸੰਗਤ ਜੀ, ਜੇ ਉਹਨਾਂ ਨੂੰ ਮਿਹਣੇ ਮਾਰੀ ਜਾਵਾਂਗੇ ਸਮਝਾਉਣ ਦੀ ਥਾਂ ਤੇ ਉਹਦਾ ਵੀ ਕੋਈ ਫਾਇਦਾ ਨੀ ਹੋਣਾ ਜੀ। ਸਮਝਾਉਣ ਦੀ ਜੋ ਲੋੜ ਹੈ ਇਹ ਆ ਬਈ ਸਿਧਾਂਤ ਕੀ ਹੈ ਲੰਗਰ ਦਾ ਜੀ, ਇਹ ਕਿਹਦਾ ਕੰਮ ਆ ਜੀ, ਇਹ ਸਾਡੇ ਪ੍ਰਚਾਰਕਾਂ ਦਾ ਕੰਮ ਆ ਜਿਹੜੇ ਸਟੇਜਾਂ ਤੇ ਜਿਨ੍ਹਾਂ ਨੂੰ ਵਿਹਲ ਨਹੀਂ ਇੱਕ ਦੂਜੇ ਦੇ ਖਿਲਾਫ਼ ਬੋਲਣ ਤੋਂ ਜੀ। ਹੱਥ ਜੋੜ ਕੇ ਬੇਨਤੀ ਆ ਸਾਰੇ ਹੀ ਪ੍ਰਚਾਰਕਾਂ ਨੂੰ ਕਿ ਜਿੱਥੇ ਵੀ ਕਿਤੇ ਸਮਾਗਮ ਹੋਵੇ ਸਭ ਤੋਂ ਪਹਿਲਾਂ ਜੀ ਲੰਗਰ ਦਾ ਜਿਹੜਾ ਸਿਧਾਂਤ ਆ, ਪੰਗਤ ਸੰਗਤ ਦਾ ਸਿਧਾਂਤ ਆ, ਉਹ ਸਿੱਖ ਸੰਗਤਾਂ ਨੂੰ ਦੱਸਿਆ ਜਾਵੇ ਜੇ ਤੋਂ ਅਸੀਂ ਵਾਂਝੇ ਹੋ ਗਏ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸੰਗਤ ਜੀ, ਇੱਕ ਬਹੁਤ ਹੀ ਦੁਖਦਾਈ ਖਬਰ ਆਪ ਜੀ ਨਾਲ ਸਾਂਝੀ ਕਰਨ ਲੱਗੇ ਹਾਂ ਜੀ। ਹੋ ਸਕਦਾ ਇਹ ਖਬਰ ਆਪ ਜੀ ਤੱਕ ਪਹੁੰਚ ਗਈ ਹੋਵੇਗੀ, ਕਿਉਂਕਿ ਕੱਲ੍ਹ ਤੋਂ ਹੀ ਇਹ ਜਿਹੜੀ ਖਬਰ ਆ ਸੋਸ਼ਲ ਮੀਡੀਆ ਦੇ ਉੱਤੇ ਚੱਲ ਰਹੀ ਆ ਜੀ। ਇੱਕ ਬਹੁਤ ਹੀ ਦੁਖਦਾਈ, ਇੱਕ ਬਹੁਤ ਹੀ ਮਾੜੀ ਘਟਨਾ ਇਹ ਵਾਪਰੀ ਆ ਜੀ, ਜਿਹੜੀ ਬੜਾ ਕੁਝ ਸਾਨੂੰ ਸੰਦੇਸ਼ ਦਿੰਦੀ ਆ ਜੀ। ਜੇ ਆਪਾਂ ਸਮਝੀਏ ਇੱਕ ਮਿਹਣਾ ਵਾ ਸਾਡੇ ਵਾਸਤੇ ਜੀ। ਸੰਗਤ ਜੀ, ਗ੍ਰੰਥੀ ਸਿੰਘ ਗੁਰੂ ਸਾਹਿਬ ਦੇ ਵਜ਼ੀਰ, ਕਿੱਡਾ ਉੱਚਾ ਰੁਤਬਾ ਜੀ ਇਹਨਾਂ ਦਾ, ਵਜ਼ੀਰ ਕਹਿਣਾ ਪਾਤਸ਼ਾਹ ਦੇ ਕੋਈ ਛੋਟੀ ਗੱਲ ਨਹੀਂ ਸੰਗਤ ਜੀ, ਪਰ ਹਾਲਾਤ ਉਹ ਆਪਾਂ ਵੇਖ ਹੀ ਸਕਦੇ ਹਾਂ ਜੀ। ਲਲਾਣੀ ਪਿੰਡ ਆ ਰਵਨੀਤ ਸਿੰਘ, 19 ਸਾਲ ਉਮਰ ਜੀ, ਗੁਰਦੁਆਰਾ ਸਾਹਿਬ ਰੌਲਾ ਲਾ ਕੇ ਡਿਊਟੀਆਂ ਲਾ ਕੇ ਅਤੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰ ਰਿਹਾ ਸੀ। ਪਿਤਾ ਵੀ ਜਿਹੜਾ ਜੀ ਉਹ ਵੀ ਥੋੜ੍ਹਾ ਸਰੀਰਕ ਪੱਖੋਂ ਆਪਾਂ ਤੁਸੀਂ ਵੇਖਿਆ ਹੋਣਾ ਵੀਡੀਓ ਦੇ ਉੱਤੇ ਜੀ, ਗਰੀਬ ਪਰਿਵਾਰ, ਬਹੁਤ ਜ਼ਿਆਦਾ ਗਰੀਬ ਪਰਿਵਾਰ ਜੀ। ਅਤੇ ਭਾਰਤ ਤੋਂ ਜਿਹੜਾ ਭਾਣਾ ਵਾਪਰ ਗਿਆ ਉਹ ਐਸਾ ਕਹਿਰ ਕਿਤੇ ਨਾ ਆਵੇ ਜੀ, ਕਿਉਂਕਿ ਉਹਨਾਂ ਮਾਪਿਆਂ ਦੇ, ਉਹਨਾਂ ਗਰੀਬ ਮਾਪਿਆਂ ਦੇ ਸਾਰੇ ਅਰਮਾਨ ਉਹ ਮਲਬੇ ਹੇਠ ਦੱਬੇ ਗਏ ਜੀ। ਜਿਹੜੀ ਛੱਤ ਭਾਈ ਰਮਨੀਤ ਸਿੰਘ 'ਤੇ ਡਿੱਗ ਪਈ ਆ ਨਾ ਜੀ, ਉਹ ਖਾ ਗਈ ਉਹਨਾਂ ਦੇ ਸਾਰੇ ਚਾਅ, ਉਹਨਾਂ ਦੇ ਸਾਰੇ ਜੀਵਨ ਦੇ ਉਹਨੇ ਖਤਮ ਕਰ ਦਿੱਤੇ ਉਸ ਪਰਿਵਾਰ ਦੇ ਜੀ, ਅਤੇ ਕੌਮ ਨੂੰ ਵੀ ਝੰਜੋੜ ਕੇ ਰੱਖ ਦਿੱਤਾ ਜੀ। ਸੰਗਤ ਜੀ, ਬੜੇ ਦੁਖੀ ਮਨ ਨਾਲ ਇਹ ਗੱਲ ਕਹਿਣੀ ਪੈ ਰਹੀ ਆ ਕਿ ਜੇ ਸਾਡੀ ਕੌਮ ਦੇ ਗ੍ਰੰਥੀ ਸਿੰਘਾਂ ਦਾ, ਗੁਰੂ ਸਾਹਿਬ ਦੇ ਵਜ਼ੀਰਾਂ ਦੇ ਇਹ ਹਾਲਾਤ, ਜਿਹੜੇ ਹਰ ਵੇਲੇ ਸਭ ਦਾ ਸਰਬੱਤ ਦਾ ਭਲਾ ਮੰਗਦੇ ਨੇ, ਅਸੀਂ ਅਜੇ ਉੱਠੇ ਨਹੀਂ ਹੁੰਦੇ, ਅੰਮ੍ਰਿਤ ਵੇਲੇ ਗੁਰਦੁਆਰਾ ਸਾਹਿਬ ਸਾਡੇ ਲਈ ਅਰਦਾਸਾਂ ਹੁੰਦੀਆਂ, ਰਾਤ ਨੂੰ ਸਾਡੇ ਲਈ ਅਰਦਾਸਾਂ ਹੁੰਦੀਆਂ, ਜੇ ਉਹਨਾਂ ਦੇ ਅਜਿਹੇ ਹਾਲਾਤ ਨੇ ਫਿਰ ਕੌਮ ਕਿੱਦਾਂ ਨਿਕਲੇਗੀ ਜੀ, ਜੋ ਸਮਾਂ ਚੱਲ ਰਿਹਾ ਉਹਦੇ ਵਿੱਚੋਂ ਕੌਮ ਪਾਰ ਕਿੱਦਾਂ ਜਾਏਗੀ ਜੀ। ਜੇ ਜਿਨ੍ਹਾਂ ਦੇ ਸਭ ਤੋਂ ਉੱਚੇ ਰੁਤਬੇ ਨੇ ਜੀ ਉਹਨਾਂ ਨਾਲ ਅਜਿਹਾ ਹੋ ਰਿਹਾ, ਉਹਨਾਂ ਦੀ ਹਾਲਤ ਅਜਿਹੀ ਹੈ, ਸਿੱਖੀ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਜ਼ੀਰ ਦੂਸਰਾ ਰੁਤਬਾ ਆ ਜਾਂਦਾ ਜੀ, ਪਾਤਸ਼ਾਹ ਦੇ ਪਾਤਸ਼ਾਹ ਦੇ ਵਜ਼ੀਰ ਜੀ, ਅਤੇ ਉਹਨਾਂ ਦੇ ਹਾਲਾਤ ਵੇਖ ਲਓ ਜੀ ਕੀ ਬਣ ਗਏ ਆ ਜੀ। ਰਵਨੀਤ ਸਿੰਘ ਉਹ ਵਿਛੋੜਾ ਦੇ ਗਿਆ, ਇੱਕ ਮਿਹਣਾ ਮਾਰ ਗਿਆ ਸਦਾ ਲਈ ਜੀ, ਕਿਉਂਕਿ ਵਾਪਸ ਨਹੀਂ ਆਉਣਾ ਉਸ ਨੌਜਵਾਨ ਨੇ ਜੀ।
ਜੋਨ ਚਲਾ ਗਿਆ। ਪਰ ਸੰਗਤ ਜੀ, ਇਹ ਤੋਂ ਸਾਨੂੰ ਕੁਝ ਸਿੱਖਣ ਦੀ ਲੋੜ ਹੈ, ਕੁਝ ਸਮਝਣ ਦੀ ਲੋੜ ਹੈ, ਤਾਂ ਜੋ ਆਉਣ ਵਾਲੇ ਸਮੇਂ 'ਚ ਅਜਿਹੀ ਕੋਈ ਘਟਨਾ ਨਾ ਵਾਪਰੇ ਜੀ, ਕੋਈ ਅਜਿਹਾ ਮਿਹਣਾ ਨਾ ਸਾਨੂੰ ਖੱਟਣਾ ਪਵੇ ਜੀ। ਅਤੇ ਪਿੰਡ ਪਿੰਡ, ਸ਼ਹਿਰ ਸ਼ਹਿਰ ਸਾਨੂੰ ਸਹਿਰਦ ਹੋਣਾ ਪੈਣਾ ਆਪਣੇ ਗੁਰੂ ਘਰਾਂ ਦੇ ਵਜ਼ੀਰਾਂ ਪ੍ਰਤੀ, ਗ੍ਰੰਥੀ ਸਿੰਘਾਂ ਪ੍ਰਤੀ। ਇੱਥੇ ਇੱਕ ਬੇਨਤੀ ਕਰਨ ਲੱਗੇ, ਹੋ ਸਕੇ ਤੇ ਜਿਹੜੇ ਸਾਡੀ ਕੌਮ ਦੇ ਜਿਹੜੇ ਵੱਡੇ ਪ੍ਰਚਾਰਕ ਨੇ ਜਾਂ ਜਿਹਨਾਂ ਕੋਲ ਵੱਡੇ ਡੇਰੇ ਨੇ, ਅਤੇ ਜੇ ਉਹਨਾਂ ਦੇ ਕੋਈ ਗੱਲ ਕਰਦੇ ਤਾਂ ਕਹਿੰਦੇ ਵੀ ਅਸੀਂ ਵੀ ਗੁਰਮਤ ਦਾ ਪ੍ਰਚਾਰ ਹੀ ਅਸੀਂ ਕਰ ਰਹੇ ਹਾਂ, ਕੋਈ ਗੱਲ ਨਹੀਂ ਪੀ। ਪਰ ਜੇ ਵਾਕਿਆ ਹੀ ਉਹ ਵੱਡੇ ਵੱਡੇ ਡੇਰਿਆਂ ਵਾਲੇ, ਉਹ ਸੈਂਕੜੇ ਏਕੜ ਜ਼ਮੀਨਾਂ ਵਾਲੇ ਜੇ ਗੁਰਮਤ ਦਾ, ਸਿੱਖੀ ਦਾ ਪ੍ਰਚਾਰ ਕਰ ਰਹੇ ਨੇ, ਤਾਂ ਫਿਰ ਗੁਰੂ ਦੇ ਵਜ਼ੀਰਾਂ ਲਈ ਅੱਗੇ ਆਓ ਬਈ। ਪਿੰਡ ਪਿੰਡ ਅੱਗੇ ਗਿਣਤੀ ਕਿੰਨੀ ਕੁ ਹੈ ਸਾਡੇ ਕੋਲ ਜੀ, ਸਾਡੇ ਗੁਰੂ ਗ੍ਰੰਥੀ ਸਿੰਘਾਂ ਦੀ ਗਿਣਤੀ ਕਿੰਨੀ ਕੁ ਹੈ ਜੀ? ਹੁਣ ਤਾਂ ਕਿਤੇ ਉਹ ਪੰਜ ਗਿਣਤੀ ਵੀ ਨਹੀਂ ਪੂਰੀ ਹੁੰਦੀ ਜੀ, ਅਤੇ ਹਾਲਾਤ ਫਿਰ ਅਗਾਂਹ ਕੀ ਪੈਦਾ ਹੋਣਗੇ ਜੀ? ਫਿਰ ਇਸ ਪਾਸੇ ਕੌਣ ਤੁਰੇਗਾ, ਕੌਣ ਤੁਰੇਗਾ ਜੀ? ਜੇ ਇੰਨੀ ਬੇਕਦਰੀ ਹੋ ਗਈ ਗੁਰੂ ਦੇ ਵਜ਼ੀਰਾਂ ਦੀ, ਤਾਂ ਫਿਰ ਕੌਣ ਗ੍ਰੰਥੀ ਸਿੰਘ ਕੌਣ ਬਣੇਗਾ ਜੀ? ਅਤੇ ਸੋ ਸੰਗਤ ਜੀ, ਜਿਹੜੇ ਵੀ ਕੌਮ ਦੇ ਵੱਡੇ ਪ੍ਰਚਾਰਕ ਨੇ, ਜਿਨ੍ਹਾਂ ਦੇ ਵੱਡੇ ਨਾਮ ਨੇ, ਜਿਨ੍ਹਾਂ ਦੇ ਜਿਹੜੀਆਂ ਸਿੱਖ ਜਥੇਬੰਦੀਆਂ ਨੇ ਵੱਡੀਆਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ, ਦਿੱਲੀ ਪ੍ਰਬੰਧਕ ਕਮੇਟੀ, ਇਹਨਾਂ ਨੂੰ ਆਪਣੀਆਂ ਜ਼ਿੰਮੇਵਾਰੀਆਂ ਜਿਹੜੀਆਂ ਉਹ ਨਿਭਾਉਣੀਆਂ ਪੈਣੀਆਂ ਵੱਡੀ ਵੱਡਿਆਂ ਹੋ ਕੇ ਜੀ, ਅਤੇ ਸਾਂਭਣਾ ਪੈਣਾ ਗੁਰੂ ਦੇ ਵਜ਼ੀਰਾਂ ਨੂੰ। ਸੋ ਇਹਦੇ ਨਾਲ ਹੀ ਬੇਨਤੀ ਕਰਾਂਗੇ, ਜਿੱਥੇ ਆਪਾਂ ਵੱਡੇ ਪ੍ਰਚਾਰਕਾਂ ਨੂੰ ਬੇਨਤੀ ਕੀਤੀ ਆ, ਉੱਥੇ ਪਿੰਡ ਪਿੰਡ ਸੰਗਤ ਜੀ, ਅੱਜ ਨਾ ਸਵਾਲ ਜਿਹੜਾ ਉੱਠ ਰਿਹਾ ਜਿਹੜਾ ਲੰਗਰਾਂ ਦੇ ਉੱਤੇ ਜੀ, ਕਿ ਜਿਹੜਾ ਬੇਲੋੜਾ ਖਰਚਾ ਬਹੁਤ ਜ਼ਿਆਦਾ ਜੀ, ਅਤੇ ਪਰ ਉਹਨਾਂ ਜਿਹੜੀ ਉਹਨਾਂ ਦੀ ਭਾਵਨਾ ਜੀ, ਉਹਦੀ ਸੰਗਤ ਜੀ ਕਦਰ ਆ। ਜਿਹੜੇ ਲੱਖਾਂ ਰੁਪਈਆ ਲੰਗਰਾਂ 'ਤੇ ਲਾ ਰਹੇ ਨਾ, ਭਾਵਨਾ ਨਹੀਂ ਮਾੜੀ ਸੰਗਤ ਜੀ, ਜੇ ਉਹਨਾਂ ਨੂੰ ਮਿਹਣੇ ਮਾਰੀ ਜਾਵਾਂਗੇ ਸਮਝਾਉਣ ਦੀ ਥਾਂ 'ਤੇ, ਅਤੇ ਉਹਦਾ ਵੀ ਕੋਈ ਫਾਇਦਾ ਨਹੀਂ ਹੋਣਾ ਜੀ। ਸਮਝਾਉਣ ਦੀ ਜੋ ਲੋੜ ਹੈ, ਇਹ ਆ ਬਈ ਸਿਧਾਂਤ ਕੀ ਹੈ ਲੰਗਰ ਦਾ ਜੀ, ਇਹ ਕਿਹਦਾ ਕੰਮ ਆ ਜੀ, ਇਹ ਸਾਡੇ ਪ੍ਰਚਾਰਕਾਂ ਦਾ ਕੰਮ ਆ ਜਿਹੜੇ ਸਟੇਜਾਂ 'ਤੇ, ਜਿਨ੍ਹਾਂ ਨੂੰ ਵਿਹਲ ਨਹੀਂ ਇੱਕ ਦੂਜੇ ਦੇ ਖਿਲਾਫ਼ ਬੋਲਣ ਤੋਂ ਜੀ। ਹੱਥ ਜੋੜ ਕੇ ਬੇਨਤੀ ਆ ਸਾਰੇ ਹੀ ਪ੍ਰਚਾਰਕਾਂ ਨੂੰ ਕਿ ਜਿੱਥੇ ਵੀ ਕਿਤੇ ਸਮਾਗਮ ਹੋਵੇ, ਸਭ ਤੋਂ ਪਹਿਲਾਂ ਜੀ ਲੰਗਰ ਦਾ ਜਿਹੜਾ ਸਿਧਾਂਤ ਆ, ਪੰਗਤ ਸੰਗਤ ਦਾ ਸਿਧਾਂਤ ਆ, ਉਹ ਸਿੱਖ ਸੰਗਤਾਂ ਨੂੰ ਦੱਸਿਆ ਜਾਵੇ, ਜੇ ਤੋਂ ਅਸੀਂ ਵਾਂਝੇ ਹੋ ਗਏ ਹਾਂ ਜੀ। ਬਹੁਤ ਗਿਣਤੀ ਸਾਨੂੰ ਪਤਾ ਹੀ ਨਹੀਂ ਆ ਵੀ ਪੰਗਤ ਸੰਗਤ ਇਹਦਾ ਰੁਤਬਾ ਕਿੱਡਾ ਉੱਚਾ ਵਾ ਸਿੱਖੀ ਦੇ ਵਿੱਚ, ਉਹ ਭੁੱਲ ਗਿਆ ਸਾਨੂੰ ਜੀ। ਊਚ ਨੀਚ ਜਾਤ ਪਾਤ ਸਭ ਕੁਝ ਖਤਮ ਕਰਨ ਲਈ ਪਾਤਸ਼ਾਹ ਨੇ ਚਲਾਈ ਨਾਲ ਬੇਲੋੜੇ ਖਰਚੇ ਜਿਹੜੇ ਆ ਜੀ, ਅਤੇ ਜੇ ਇਹਦਾ ਸਿਧਾਂਤ ਸਾਨੂੰ ਪਤਾ ਲੱਗ ਗਿਆ ਲੰਗਰ ਪ੍ਰਥਾ ਦਾ, ਅਤੇ ਆਪੇ ਜਿਹੜੇ ਉਹ ਖਰਚੇ ਜਿਹੜੇ ਭਰਾ ਇੱਦਾਂ ਦੇ ਕਰਦੇ ਨੇ, ਪੀਜੇ ਬਰਗਰ ਠੰਡਿਆਂ ਦੇ ਜਿਹੜੇ ਲੰਗਰ ਲਾਉਂਦੇ ਨੇ, ਉਹਨਾਂ ਆਪਣੇ ਆਪ ਹੀ ਹਟ ਕੇ ਜਿਹੜੀ ਉਹ ਸਾਡੀ ਅਸਲ ਪਰੰਪਰਾ ਵਾ ਉਸ ਪਾਸੇ ਮੁੜ ਪੈਣਾ ਜੀ ਉਹਨਾਂ ਨੇ। ਸੋ ਸੰਗਤ ਜੀ, ਲੋੜ ਹੈ ਜਿੰਨੇ ਵੀ ਸਾਡੇ ਪ੍ਰਚਾਰਕ ਨੇ, ਹੱਥ ਜੋੜ ਕੇ ਬੇਨਤੀ ਕਰਾਂਗੇ ਉਹਨਾਂ ਨੂੰ ਜੀ, ਕਿ ਜਿੱਥੇ ਵੀ ਕਿਤੇ ਸਮਾਗਮ ਹੋਵੇ, ਗੁਰਮਤਿ ਸਮਾਗਮ ਹੋਵੇ,
ਤੇ ਸੰਗਤਾਂ ਨੂੰ ਇੱਕ ਤੇ ਲੰਗਰ ਦੀ ਮਰਿਆਦਾ ਜੀ, ਤੇ ਦੂਸਰਾ ਜਿਹੜਾ ਦਸਵੰਧ ਕੱਢਣਾ ਪਾਤਸ਼ਾਹ ਜੀ ਨੇ ਸਾਨੂੰ ਦੱਸਿਆ ਜੀ, ਤੇ ਕਲਗੀਧਰ ਪਾਤਸ਼ਾਹ ਨੇ ਹੁਕਮ ਕੀਤਾ ਜੀ, ਉਹਦੇ ਬਾਰੇ ਸੰਗਤਾਂ ਨੂੰ ਜ਼ਰੂਰ ਦੱਸਿਆ ਜਾਵੇ, ਸਮਝਾਇਆ ਜਾਵੇ ਜੀ। ਤੇ ਜਿੱਦਣ ਆਪਾਂ ਦਸਵੰਧ ਦੀ ਸਹੀ ਵਰਤੋਂ ਆਪਾਂ ਕਰਨੀ ਸ਼ੁਰੂ ਕਰ ਦਿੱਤੀ, ਤੇ ਸਾਡੇ ਗ੍ਰੰਥੀ ਸਿੰਘਾਂ ਦੇ ਘਰ ਏਦਾਂ ਛੱਤਾਂ ਨਹੀਂ ਡਿੱਗਣਗੀਆਂ। ਸਵਾਲ ਨਹੀਂ ਪੈਦਾ ਹੁੰਦਾ, ਜਿੱਡੀ ਅਮੀਰ ਸਿੱਖ ਕੌਮ ਆ, ਜਿੱਡੀ ਪਾਤਸ਼ਾਹ ਜੀ ਦੀ ਇਹਨਾਂ ਦੀ ਕਿਰਪਾ ਵਾ, ਗੱਲ ਤੇ ਸਿਰਫ ਭੁੱਲ ਗਏ ਜੀ, ਰਸਤਾ ਭੁੱਲ ਗਏ ਜੀ। ਤੇ ਜੇ ਆਪਾਂ ਗੁਰਮਤ ਦੇ ਰਸਤੇ ਸੰਗਤ ਜੀ ਆਪਾਂ ਚੱਲ ਪੈਂਦੇ ਹਾਂ, ਜੋ ਸਿਧਾਂਤ ਹੈ ਸਾਡਾ ਜੀ। ਹਾਂਜੀ ਹਾਂਜੀ, ਸਰਦਾਰ ਮੇਜਰ ਸਿੰਘ ਜੀ ਸੰਧੂ ਸਾਹਿਬ, ਬਹੁਤ ਵੱਡੀ ਲੋੜ ਆ ਜੀ ਇਸ ਵੇਲੇ ਸਮੇਂ ਦੀ ਜੀ, ਕਿ ਗ੍ਰੰਥੀ ਸਿੰਘਾਂ ਨੂੰ ਸਾਂਭਿਆ ਜਾਵੇ ਜੀ, ਉਹਨਾਂ ਦੇ ਪਰਿਵਾਰਾਂ ਨੂੰ, ਉਹਨਾਂ ਦੇ ਘਰ ਜਿਹੜੇ ਨੇ ਉਹਨਾਂ ਨੂੰ, ਤਾਂ ਜੋ ਅਜਿਹੀ ਘਟਨਾ ਨਾ ਵਾਪਰ ਸਕੇ ਜੋ ਵਾਪਰ ਗਈ ਆ ਜੀ ਹਰਿਆਣੇ ਦੇ ਲਲਾਣੀ ਪਿੰਡ ਦੇ ਵਿੱਚ ਜੀ। ਹਾਂਜੀ ਹਾਂਜੀ, ਜਸਵੀਰ ਸ਼ਰਮਾ ਜੀ, ਬਿਲਕੁਲ ਜੀ, ਬਹੁਤ ਜ਼ਿਆਦਾ ਮਾੜੀ ਘਟਨਾ ਜੀ। ਸੋ ਸੰਗਤ ਜੀ, ਆਪਾਂ ਪਿੰਡ ਪਿੰਡ ਵੀ ਦਸਵੰਧ ਕੱਢੀਏ ਨਾ, ਆਪਾਂ ਜਿਹੜਾ ਗੁਰੂ ਪਾਤਸ਼ਾਹ ਜੀ ਦਾ ਸਾਨੂੰ ਹੁਕਮ ਆ, ਤੇ ਸਾਡੇ ਵਜ਼ੀਰਾਂ ਦੇ ਘਰ ਕੱਚੇ ਨਹੀਂ ਰਹਿ ਸਕਦੇ, ਇਹ ਛੱਤਾਂ ਡਿੱਗ ਨਹੀਂ ਸਕਦੀਆਂ। ਆਓ ਆਪਾਂ ਜ਼ਿੰਮੇਵਾਰੀਆਂ ਸਮਝੀਏ ਸਭ ਆਪਾਂ ਵੀ ਜੀ, ਜਿੱਥੇ ਆਪਾਂ ਇਹਨਾਂ ਸੰਸਥਾਵਾਂ ਤੋਂ ਆਸ ਰੱਖਦੇ ਹਾਂ, ਉੱਥੇ ਆਪਾਂ ਆਪਣੇ ਤੌਰ 'ਤੇ ਵੀ ਜਿਹੜਾ ਦਸਵੰਧ ਆ, ਜਿਹੜਾ ਪਾਤਸ਼ਾਹ ਜੀ ਨੇ ਸਾਨੂੰ ਕਿਹਾ ਦਸਵਾਂ ਹਿੱਸਾ, ਉਹ ਆਪਾਂ ਇਸ ਪਾਸੇ ਵਰਤੀਏ ਜੀ, ਉਹ ਆਪਾਂ ਲੋੜਵੰਦਾਂ ਲਈ ਵਰਤੀਏ ਜੀ। ਹਾਂਜੀ ਰਾਜਪਾਲ ਗਿੱਲ ਜੀ, ਅਤੇ ਫਿਰ ਸੰਗਤ ਜੀ ਅਜਿਹੀ ਗੱਲ ਸੁਣਨ ਨੂੰ ਵੇਖਣ ਨੂੰ ਨਹੀਂ ਮਿਲੇਗੀ। ਜਿਸ ਦਿਨ ਆਪਾਂ ਸਿੱਖੀ ਸਿਧਾਂਤ ਆਪਾਂ ਉਹਨਾਂ 'ਤੇ ਚੱਲ ਪਏ, ਆਪਾਂ ਪਹਿਰਾ ਦੇਣ ਡੇ ਪਏ, ਆਪਾਂ ਬਹੁਤ ਬਹੁਤ ਵੱਡੇ ਸਮਾਗਮ ਹੁੰਦੇ ਨੇ ਜੀ, ਅਤੇ ਕਰੋੜਾਂ ਕਰੋੜਾਂ ਜਿਹੜਾ ਖਰਚਾ ਆ ਜਾਂਦਾ, ਕਈ ਸਮਾਗਮ ਏਡੇ ਏਡੇ ਵੱਡੇ ਹੁੰਦੇ ਨੇ ਜੀ, ਅਤੇ ਉਹਨਾਂ ਦਾ ਬਜਟ ਜਿਹੜਾ ਬਣ ਜਾਂਦਾ, ਪਰ ਫਿਰ ਗੱਲ ਉਹੀ ਆ ਜਾਂਦੀ ਹੈ ਜੀ, ਕਿ ਜੇ ਸਹੀ ਰੂਪ ਅਤੇ ਸਹੀ ਥਾਂ 'ਤੇ ਦਸਵੰਧ ਆਪਾਂ ਦਾਨ ਆਪਣਾ ਵਰਤਣਾ ਸ਼ੁਰੂ ਕਰ ਦਿੱਤਾ, ਅਤੇ ਰਮਨੀਤ ਸਿੰਘ ਵਾਂਗੂ ਨਹੀਂ ਕਿਸੇ ਨਾਲ ਵੀ ਵਾਪਰੇਗੀ। ਰਮਨੀਤ ਸਿੰਘ ਮੈਂ ਕਹਿੰਦਾ ਕੁਰਬਾਨੀ ਦੇ ਗਿਆ ਜੀ, ਸਾਨੂੰ ਝੰਜੋੜ ਗਿਆ ਜੀ, ਉਹ ਦੱਸ ਗਿਆ ਕੁਝ ਮਿਹਣਾ ਇੱਕ ਮਾਰ ਗਿਆ ਸਾਨੂੰ, ਅਤੇ ਹਾਂਜੀ ਹਾਂਜੀ ਬਿਲਕੁਲ ਜੀ ਢੀਂਡਸਾ ਜਤਿੰਦਰ ਜੀ, ਬਹੁਤ ਜ਼ਿਆਦਾ ਮਾੜੀ ਇਹ ਗੱਲ ਘਟਨਾ ਇਹ ਵਾਪਰੀ ਆ ਜੀ। ਸੋ ਸੰਗਤ ਜੀ ਅਰਦਾਸ ਬੇਨਤੀ ਕਰਿਓ ਉਸ ਪਰਿਵਾਰ ਲਈ, ਪਾਤਸ਼ਾਹ ਮਿਹਰ ਕਰੇ। ਹਾਂਜੀ ਹਾਂਜੀ, ਭਾਈ ਸਵਰਨ ਸਿੰਘ ਜੀ ਚਿੰਤਤ ਨੇ, ਸਿੱਖ ਕੌਮ ਦੇ ਭਾਈ ਜੀ ਉਹ ਜੁੜੇ ਨੇ ਭਰਾ ਸਾਡੇ ਜੀ। ਸੋ ਸੰਗਤ ਜੀ ਇਹ ਬੇਨਤੀਆਂ ਸਨ ਕਿ ਆਓ ਲੰਗਰ ਦਾ ਸਿਧਾਂਤ ਸਿੱਖੀਏ, ਜੋ ਪਾਤਸ਼ਾਹ ਦਾ ਹੁਕਮ ਆ ਉਹਦੇ ਅਨੁਸਾਰ ਚੱਲੀਏ ਆਪਾਂ, ਜੋ ਦਾਲ ਪ੍ਰਸ਼ਾਦ ਦੇ ਨਾਲ ਦਾ ਆਨੰਦ ਆ ਉਹ ਅਪੀਏ, ਬਰਗਰਾਂ ਇਹਨਾਂ ਦੇ ਵਿੱਚ ਨਹੀਂ ਆ। ਇਹ ਜਿਹੜੇ ਫਿਰ ਭਾਵਨਾ ਦੀ ਕਦਰ ਆ, ਪਰ ਇਹ ਵਹਿਣ 'ਚ ਨਾ ਹੋਈਏ ਆਪਾਂ ਜੀ, ਜੋ ਸਹੀ ਆ ਸਾਨੂੰ ਪਾਤਸ਼ਾਹ ਨੇ ਦੱਸਿਆ ਉਹ ਰਸਤੇ 'ਤੇ ਚੱਲੀਏ, ਜਿਹੜਾ ਦਸਵੰਧ ਪਾਤਸ਼ਾਹ ਜੀ ਨੇ ਸਾਨੂੰ ਦਸਵਾਂ ਹਿੱਸਾ ਕੱਢਣ ਦਾ ਆਦੇਸ਼ ਦਿੱਤਾ, ਉਹ ਆਪਾਂ ਸਹੀ ਥਾਂ 'ਤੇ ਕੱਢ ਕੇ ਉਹਨੂੰ ਲਾਈਏ ਆਪਾਂ ਉਸ ਪੈਸੇ ਨੂੰ ਜੀ। ਹਾਂਜੀ ਹਾਂਜੀ, ਗੁਰਚਰਨ ਸਿੰਘ ਜੀ ਬਹੁਤ ਮਾੜੀ ਗੱਲ ਹੋਈ ਜੀ, ਸਰਦਾਰ ਗੁਰਚਰਨ ਸਿੰਘ ਜੀ ਬਹੁਤ ਹੀ ਦੁੱਖ ਹੋਇਆ ਸੁਣ ਕੇ ਜੀ, ਅਤੇ ਜ਼ਰੂਰ ਉੱਥੋਂ ਦੀ ਸਾਂਝੀ ਕਰਿਓ ਜੀ ਕੀ ਹਾਲਾਤ ਨੇ, ਕਿਉਂਕਿ ਇੱਕ ਹੋਰ
ਦੁੱਖ ਦੀ ਗੱਲ ਇਹ ਹੋਈ ਕਿ ਕੋਈ ਉੱਥੇ ਪਹੁੰਚਿਆ ਨਹੀਂ ਜੀ। ਘਟਨਾ ਦੇ ਵਾਪਰ ਕੇ ਦਿਲਾਸਾ ਦੇਣ ਕੋਈ ਗਿਆ ਨਹੀਂ ਜੀ, ਕਿਉਂਕਿ ਦੁੱਖ ਤੇ ਵੰਡਾਇਆ ਹੀ ਘਟਦਾ ਜੀ, ਤੇ ਵੰਡਾਉਣਾ ਚਾਹੀਦਾ ਜੀ। ਸਰਦਾਰ ਰਣਧੀਰ ਸਿੰਘ ਜੀ ਬਿਲਕੁਲ ਜੀ, ਗੁਰੂ ਪਾਤਸ਼ਾਹ ਮਿਹਰ ਕਰਨ, ਹਾਂ ਜੀ ਸਾਡੇ ਭਾਈ ਸਾਹਿਬ ਜੁੜੇ ਨੇ ਸਰਦਾਰ ਗੁਰਚਰਨ ਸਿੰਘ ਜੀ, ਉਹ ਦੱਸ ਰਹੇ ਨੇ ਕਿ ਉਹਨਾਂ ਦੇ ਘਰ ਹੋ ਕੇ ਆਏ ਨੇ ਰਮਨੀਤ ਸਿੰਘ ਦੇ, ਤੇ ਦੱਸ ਰਹੇ ਨੇ ਵੀ ਬੜੇ ਮਾੜੇ ਹਾਲਾਤ ਨੇ। ਆਪਾਂ ਵੀਡੀਓ ਚ ਵੀ ਵੇਖਿਆ ਆਪਾਂ ਜੀ ਕਿ ਉਹ ਘਰ ਦੇ ਕੈਸੇ ਹਾਲਾਤ ਨੇ ਤੇ ਪਰਿਵਾਰ ਦੇ ਵੀ ਕੈਸੇ ਹਾਲਾਤ ਨੇ। ਹਾਂਜੀ ਹਾਂਜੀ ਲਾਡੀ ਗਿੱਲ ਜੀ, ਮੈਂ ਸੰਗਤਾਂ ਨੂੰ ਦੱਸਣਾ ਚਾਹੁੰਦਾ ਕਿ ਜਿਹੜੀਆਂ ਸੰਗਤਾਂ ਜੁੜ ਰਹੀਆਂ ਨੇ ਨਾਲ, ਇੱਕ ਬੇਨਤੀ ਕਰਾਂਗੇ ਸੰਗਤਾਂ ਨੂੰ ਕਿ ਸਰਦਾਰ ਗੁਰਚਰਨ ਸਿੰਘ ਜੀ ਜੁੜੇ ਨੇ ਜਿਹੜੇ ਉਹਨਾਂ ਦੇ ਲਾਗਲੇ ਪਿੰਡ ਦੇ ਨੇ, ਤੇ ਤੁਸੀਂ ਕਮੈਂਟਾਂ ਵਿੱਚ ਪੜ੍ਹ ਸਕਦੇ ਜੇ ਕਿ ਉਹ ਦੱਸ ਰਹੇ ਨੇ ਕਿ ਉਹਨਾਂ ਦੇ ਘਰ ਵੀ ਹੋ ਕੇ ਆਏ ਤੇ ਜਿਹੜਾ ਦੂਸਰਾ ਕਮਰਾ ਉਹ ਵੀ ਡਿੱਗਣ ਵਾਲਾ ਜੀ, ਤੇ ਆਓ ਹੁਣੀ ਤੋਂ ਪਹਿਲਾਂ ਪਹਿਲਾਂ ਇਹਨੂੰ ਰੋਕਿਆ ਜਾਵੇ ਜੀ ਇਸ ਚੀਜ਼ ਨੂੰ। ਬਿਲਕੁਲ ਜੀ ਸਰਦਾਰ ਗੁਰਚਰਨ ਸਿੰਘ ਜੀ, ਇਹ ਸਾਡਾ ਧਰਮ ਫਰਜ਼ ਬਣਦਾ ਕਿ ਆਪਾਂ ਗ੍ਰੰਥੀ ਸਿੰਘਾਂ ਦੇ ਘਰ ਘਰ ਜਾ ਕੇ ਉਹਨਾਂ ਦੇ ਹਾਲਾਤ ਤੋਂ ਜਾਣੂ ਹੋਈਏ, ਉਹਨਾਂ ਦੀਆਂ ਪਰਿਵਾਰ ਦੀਆਂ ਲੋੜਾਂ ਤੋਂ ਜਾਣੂ ਹੋਈਏ, ਕਿਉਂਕਿ ਵੇਖੋ ਸਾਡੀ ਕੌਮ ਤੇ ਪਾਤਸ਼ਾਹ ਦੀ ਕਿਰਪਾ ਹੀ ਏਡੀ ਵੱਡੀ ਆ ਕਿ ਇਹਨਾਂ ਨੇ ਤੇ ਕੁਝ ਵੀ ਨਹੀਂ। ਆ ਦਿੱਲੀ ਮੋਰਚਾ ਲੱਗਾ ਸੀ ਤੇ ਸਾਰਾ ਭਾਰਤ ਲੰਗਰ ਛਕ ਗਿਆ, ਤੇ ਇਹ ਜੇ ਸਿਰਫ ਗੱਲ ਆ ਕਦਮ ਪੁੱਟਣ ਦੀ, ਇਸ ਪਾਸੇ ਨੂੰ ਚੱਲਣ ਦੀ ਲੋੜ ਹੈ ਜੀ, ਸਮਝਣ ਦੀ ਲੋੜ ਹੈ ਜੀ। ਤੇ ਗੁਰੂ ਪਾਤਸ਼ਾਹ ਮਿਹਰ ਕਰੇ, ਬਹੁਤ ਜ਼ਿਆਦਾ ਮੰਦਭਾਗੀ ਉਹ ਘਟਨਾ ਵਾਪਰੀ ਆ, ਤੇ ਮੈਂ ਫੇਰ ਤੋਂ ਦੁਬਾਰਾ ਬੇਨਤੀ ਕਰਾਂਗਾ ਕਿਉਂਕਿ ਬਹੁਤ ਸਾਰੇ ਗੁਰੂ ਸਾਹਿਬ ਦੇ ਵਜ਼ੀਰ ਵੀ ਜੁੜੇ ਆ ਦਾਸ ਨਾਲ, ਪ੍ਰਚਾਰਕ ਵੀ ਜੁੜੇ ਨੇ ਜਿਨ੍ਹਾਂ ਦੇ ਬਹੁਤ ਬਹੁਤ ਕਿਰਪਾ ਪਾਤਸ਼ਾਹ ਦੀ ਜੀ, ਤੇ ਬੇਨਤੀ ਕਰਾਂਗੇ ਕਿ ਜਿੱਥੇ ਵੀ ਕਿਤੇ ਵੀ ਸਮਾਗਮ ਹੋਵੇ ਤੇ ਸੰਗਤਾਂ ਨੂੰ ਜਿਹੜਾ ਗੁਰੂ ਸਾਹਿਬ ਦੇ ਲੰਗਰ ਦੀ ਪ੍ਰਥਾ ਵਾ ਉਹਦੇ ਬਾਰੇ ਜਾਣੂ ਕਰਵਾਇਆ ਜਾਵੇ, ਤੇ ਜਿਹੜਾ ਦਸਵੰਧ ਕੱਢਣਾ ਜੀ ਉਸ ਦੇ ਬਾਬਤ ਜ਼ਰੂਰ ਸੰਗਤਾਂ ਨੂੰ ਸੁਚੇਤ ਤੇ ਜਾਣਕਾਰੀ ਦਿੱਤੀ ਜਾਵੇ ਤਾਂ ਜੋ ਮੁੜ ਕੇ ਅਜਿਹੀਆਂ ਘਟਨਾਵਾਂ ਨਾ ਵਾਪਰਨ, ਤੇ ਬਾਅਦ ਦੇ ਵਿੱਚ ਕਿਸੇ ਮਾਂ ਨੂੰ ਇੱਕ 18-19 ਸਾਲ ਉਮਰ ਦਾ ਨੌਜਵਾਨ ਜਿਹੜਾ ਸੀ ਉਹ ਚਲਿਆ ਗਿਆ ਜੀ ਗੁਰੂ ਦਾ ਵਜ਼ੀਰ ਜੀ। ਸਾਡੀ ਬਹੁਤ ਸਤਿਕਾਰਯੋਗ ਸਿੱਖ ਕੌਮ ਦੇ ਮਹਾਨ ਆਵਾਜ਼ ਦਰਦ ਰੱਖਣ ਵਾਲੇ ਸਾਡਾ ਛੋਟਾ ਵੀਰ ਮਨਜੀਤ ਸਿੰਘ ਜੀ ਸੋਹੀ ਭਰਾ ਸਾਡਾ ਜੁੜਿਆ ਜੀ, ਅਤੇ ਅਸੀਂ ਆਪਣੇ ਛੋਟੇ ਵੀਰ ਨੂੰ ਵੀ ਬੇਨਤੀ ਕਰਾਂਗੇ ਆਪਣੇ ਵੱਲੋਂ ਕਿ ਪਾਠੀ ਸਿੰਘਾਂ ਬਾਬਤ, ਗੁਰੂ ਦੇ ਵਜ਼ੀਰਾਂ ਬਾਬਤ ਜ਼ਰੂਰ ਕੁਝ ਨਾ ਕੁਝ ਲੈ ਕੇ ਆਓ ਜੀ ਨਵਾਂ, ਜਿਹਦੇ ਨਾਲ ਸੰਗਤਾਂ 'ਚ ਸੁਚੇਤਤਾ ਆਵੇ ਅਤੇ ਸੰਗਤਾਂ ਨੂੰ ਜਿਹੜਾ ਦਸਵੰਧ ਦਾ ਜਿਹੜਾ ਉਹ ਕਿੱਥੇ ਆਪਾਂ ਖਰਚਣਾ ਉਸ ਸੰਬੰਧੀ ਸੰਗਤਾਂ ਨੂੰ ਜਿਹੜੀ ਜਾਣਕਾਰੀ ਮਿਲ ਸਕੇ ਜੀ। ਅਤੇ ਅਸੀਂ ਮਨਜੀਤ ਸਿੰਘ ਸੋਹੀ ਜੀ ਨੂੰ ਬੇਨਤੀ ਕਰਾਂਗੇ ਸਮੁੱਚੇ ਰੂਪ 'ਚ, ਕਿਉਂਕਿ ਉਹਨਾਂ ਨੂੰ ਸੰਗਤਾਂ ਸੁਣਦੀਆਂ ਨੇ ਜੀ, ਉਹਨਾਂ ਦੀ ਕਹੀ ਗੱਲ ਬਹੁਤ ਦੂਰ ਤੱਕ ਜਾਂਦੀ ਹੈ ਜੀ, ਉਹਨਾਂ ਦੇ ਪਾਤਸ਼ਾਹ ਦੀ ਕਿਰਪਾ ਉਹਨਾਂ ਦੇ ਉੱਤੇ ਅਤੇ ਗੁਰੂ ਮਹਾਰਾਜ ਦੀ ਕਿਰਪਾ ਵਾ, ਅਤੇ ਅਸੀਂ ਉਹਨਾਂ ਨੂੰ ਬੇਨਤੀ ਕਰਾਂਗੇ ਸੋਹੀ ਸਾਹਿਬ ਨੂੰ ਕਿ ਜ਼ਰੂਰ ਅਜਿਹੀ ਕੋਈ ਲੈ ਕੇ ਆਓ ਕਿ ਜਿਹਦੇ ਨਾਲ ਜਿਹੜੀ ਇੱਕ ਲੰਗਰ ਦੀ ਪ੍ਰਥਾ ਜੀ ਉਸ ਬਾਬਤ ਸਾਡੀਆਂ ਸਿੱਖ ਸੰਗਤਾਂ ਨੂੰ ਪਤਾ ਲੱਗ ਸਕੇ, ਅਤੇ ਨਾਲ ਜਿਹੜਾ ਦਸਵੰਧ ਕੱਢਣਾ ਜੀ ਅਤੇ ਕਿੱਥੇ ਖਰਚਣਾ ਉਹਦੀ ਜਾਣਕਾਰੀ ਸਿੱਖ ਸੰਗਤਾਂ ਨੂੰ ਮਿਲ ਜਾਵੇ। ਅਤੇ ਨਾਲ ਹੀ ਸਾਡੀ ਕੌਮ ਦੇ ਸਤਿਕਾਰਯੋਗ ਭਾਈ ਜਤਿੰਦਰ ਸਿੰਘ ਜੀ ਮਜੀਠਾ ਜੁੜੇ ਨੇ, ਗੁਰੂ ਘਰ ਦੇ ਵਜ਼ੀਰ ਨੇ ਜੀ,
ਰਾਗੀ ਸਿੰਘ ਨੇ ਤੇ ਪਾਤਸ਼ਾਹ ਦੀ ਉਹਨਾਂ ਤੇ ਵੀ ਵੱਡੀ ਕਿਰਪਾ। ਅਸੀਂ ਭਾਈ ਜਤਿੰਦਰ ਸਿੰਘ ਜੀ ਨੂੰ ਵੀ ਬੇਨਤੀ ਕਰਾਂਗੇ ਕਿਉਂਕਿ ਉਹ ਜੁੜੇ ਨੇ ਲਾਈਵ, ਮਨਜੀਤ ਸਿੰਘ ਸੋਹੀ ਜੀ ਵੀ ਜੁੜੇ ਨੇ ਤੇ ਭਾਈ ਜਤਿੰਦਰ ਸਿੰਘ ਜੀ ਮਜੀਠਾ ਵੀ ਜੁੜੇ ਨੇ ਤੇ ਅਸੀਂ ਭਾਈ ਸਾਹਿਬ ਜੀ ਨੂੰ ਬੇਨਤੀ ਕਰਾਂਗੇ ਜੋ ਸੋਹੀ ਸਾਹਿਬ ਨੂੰ ਬੇਨਤੀ ਕੀਤੀ ਆ ਕਿ ਜਿੱਥੇ ਵੀ ਸਮਾਗਮ ਹੁੰਦਾ ਜੀ ਤੇ ਲੰਗਰ ਦੀ ਪ੍ਰਥਾ, ਪੰਗਤ ਸੰਗਤ ਦੀ ਪ੍ਰਥਾ ਤੇ ਦਸਵੰਧ ਜਿਹੜਾ ਸਿੱਖਾਂ ਨੇ ਕੱਢਣਾ ਉਸ ਬਾਬਤ ਸੰਗਤਾਂ ਨੂੰ ਜ਼ਰੂਰ ਜਾਣਕਾਰੀ ਜਿਹੜੀ ਉਹ ਦਿੱਤੀ ਜਾਵੇ ਜੀ। ਦਵਿੰਦਰ ਸਿੰਘ ਮਾਨ ਜੀ ਵੀ ਜੁੜੇ ਨੇ, ਭਰਾ ਸਾਡਾ, ਛੋਟਾ ਵੀਰ ਸਾਡਾ, ਤੇ ਸਾਰੇ ਅਰਦਾਸ ਕਰਿਓ ਗੁਰੂ ਪਾਤਸ਼ਾਹ ਮਿਹਰ ਕਰੇ ਜੀ, ਦਾਤਾ ਕੌਮ ਨੂੰ ਪਾਤਸ਼ਾਹ ਚੜ੍ਹਦੀ ਕਲਾ 'ਚ ਰੱਖੇ। ਕੱਲ੍ਹ ਸੋਹੀ ਸਾਹਿਬ ਸਾਡੇ ਲਾਗੇ ਵੀ ਆ ਰਹੇ ਨੇ ਪਿੰਡ ਜਲਾਲਪੁਰੇ, ਧੰਨ ਧੰਨ ਬਾਬਾ ਰਾਮ ਸਿੰਘ ਜੀ ਸ਼ਹੀਦ, ਉਹਨਾਂ ਦਾ ਸਮਾਗਮ ਆ ਜੀ। ਆਪਾਂ ਮਿਲ ਕੇ ਵੀ ਬੇਨਤੀ ਕਰਾਂਗੇ ਤੇ ਆਪਾਂ ਲਾਈਵ ਵੀ ਲੈ ਕੇ ਆਵਾਂਗੇ ਮਨਜੀਤ ਸਿੰਘ ਸੋਹੀ ਜੀ ਨੂੰ, ਉਹ ਸੰਗਤਾਂ ਨਾਲ ਇਹ ਬੇਨਤੀ ਜ਼ਰੂਰ ਕਰਨਗੇ ਤਾਂ ਜੋ ਜਾਗਰੂਕਤਾ ਆਵੇ ਸਾਡੇ ਵਿੱਚ ਤੇ ਅਜਿਹੀਆਂ ਘਟਨਾਵਾਂ ਮੁੜ ਕੇ ਨਾ ਵਾਪਰਨ ਜੀ। ਹਾਂਜੀ ਹਾਂਜੀ ਦਵਿੰਦਰ ਮਾਨ ਜੀ, ਬੜੇ ਦੁੱਖ ਦੀ ਗੱਲ ਆ ਸਰਦਾਰ ਗੁਰਚਰਨ ਸਿੰਘ ਜੀ, ਬਿਲਕੁਲ ਤੁਸੀਂ ਸਹੀ ਕਹਿ ਰਹੇ ਜੀ, ਇਹ ਗੱਲ ਲੰਬੇਰੀ ਹੋ ਜਾਂਦੀ ਹੈ। ਜਿੱਦਾਂ ਦੂਜੀਆਂ ਕੌਮਾਂ ਆਪਣੇ ਪ੍ਰਚਾਰਕਾਂ ਨੂੰ ਸਾਂਭਦੀਆਂ ਨਾ ਜੀ, ਅਸੀਂ ਬਹੁਤ ਦੂਰ ਹਾਂ ਜੀ। ਸਰਦਾਰ ਗੁਰਚਰਨ ਸਿੰਘ ਜੀ ਜਿੱਦਾਂ ਜਿਸ ਢੰਗ ਨਾਲ ਦੂਜੇ ਧਰਮ ਆਪਣੇ ਧਰਮ ਨੂੰ ਅੱਗੇ ਤੋਰਨ ਵਾਲਿਆਂ ਦੀ ਮਦਦ ਸਹਾਇਤਾ ਕਰਦੇ ਨੇ, ਇੱਟ ਮਾਣ ਕਰਦੇ ਨੇ, ਸਾਡੇ 'ਚ ਕਿਤੇ ਨਾ ਕਿਤੇ ਕਮੀ ਵੱਡੀ ਆਈ ਆ ਜੀ। ਅਤੇ ਗੁਰੂ ਪਾਤਸ਼ਾਹ ਮਿਹਰ ਕਰੇ, ਹੋਰ ਕੋਈ ਕਮੀ ਨਹੀਂ ਸਾਡੇ ਵਿੱਚ, ਜਿੱਡੇ ਪਾਤਸ਼ਾਹ ਦਾ ਸਾਡੇ 'ਤੇ ਹੱਥ ਆ, ਬਸ ਸਿਧਾਂਤਾਂ ਤੋਂ ਥੋੜ੍ਹਾ ਜਿਹਾ ਥਿੜਕਣ ਕਰਕੇ ਇਹ ਗੱਲਾਂ ਬਣ ਗਈਆਂ ਜੀ। ਅਤੇ ਜਿੱਦਣ ਪਾਤਸ਼ਾਹ ਨੇ ਮਿਹਰ ਕਰਤੀ ਅਤੇ ਆਪਾਂ ਸਮਝ ਗਏ, ਅਤੇ ਇਹ ਵੀ ਜਿਹੜੇ ਦੁੱਖ ਨੇ ਕੌਮ ਦੇ, ਦੁੱਖ ਆ ਜੀ, ਇਹ ਤੋਂ ਵੱਡਾ ਦੁੱਖ ਕੋਈ ਨਹੀਂ, ਇਹ ਵੀ ਆਪੇ ਦੂਰ ਹੋ ਜਾਣੇ ਆ ਜੀ। ਹਾਂਜੀ ਹਾਂਜੀ ਭਾਈ ਜਤਿੰਦਰ ਸਿੰਘ ਜੀ, ਜ਼ਰੂਰ ਜੀ, ਇਹ ਜਿੱਥੇ ਵੀ ਸਮਾਗਮ ਹੋਵੇ ਜੀ ਸਾਡੇ ਵੱਲੋਂ ਬੇਨਤੀ ਆ ਕਿ ਲੰਗਰ ਦੀ ਪ੍ਰਥਾ ਅਤੇ ਦਸਵੰਧ ਦੀ ਪ੍ਰਥਾ ਬਾਰੇ ਸੰਗਤਾਂ ਨੂੰ ਜ਼ਰੂਰ ਜਾਣੂ ਕਰਵਾਇਆ ਜਾਵੇ ਤਾਂ ਜੋ ਉਸ ਪਿੰਡ ਪਿੰਡ ਹੀ ਦਸਵੰਧ ਕੱਢਿਆ ਜਾਵੇ ਨਾ ਜੀ। ਅਤੇ ਜਿਹੜੇ ਸਾਡੇ ਵਜ਼ੀਰ ਨੇ ਗੁਰੂ ਘਰ ਦੇ ਗ੍ਰੰਥੀ ਸਿੰਘ ਨੇ, ਅਤੇ ਉਹਨਾਂ ਦੇ ਪਰਿਵਾਰ ਵੀ ਚੱਲ ਸਕਦੇ ਆ ਅਤੇ ਉਹਨਾਂ ਦੇ ਘਰ ਵੀ ਜਿਹੜੇ ਉਹ ਕੋਈ ਗੱਲ ਹੀ ਨਹੀਂ ਜੀ, ਉਹ ਵੀ ਬਣ ਸਕਦੇ ਆ ਜੀ। ਸੋ ਫਿਰ ਤੋਂ ਖੀਰ 'ਤੇ ਇਸ ਗੱਲ ਦਾ ਬੇਹੱਦ ਦੁੱਖ ਜ਼ਾਹਰ ਕਰਦੇ ਹਾਂ ਕਿ ਬਹੁਤ ਜ਼ਿਆਦਾ ਮਾੜਾ ਹੋਇਆ ਜੀ, ਅਤੇ ਆਓ ਸੁਚੇਤ ਹੋਈਏ ਤਾਂ ਜੋ ਮੁੜ ਕੇ ਅਜਿਹੀ ਘਟਨਾ ਕਦੇ ਨਾ ਵਾਪਰੇ ਜੀ।